ਅੱਜ ਫੇਰ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਦੌਰਾ ਸੀਗਾ ਕਹਿੰਦੇ ਫੇਰ ਝੜੀਆਂ ਲਾਤੀਆਂ ਲਾਨਾਂ ਦੀਆਂ ਕੈਪਟਨ ਸਾਹਿਬ ਨੂੰ ਤਾਂ ਮਹਿਲਾਂ ਚੋਂ ਫੜਨੀ ਹੋਇਆ ਪੰਜਾਬ ਦੇ ਲੋਕਾਂ ਕੋਲੋਂ ਦਿੱਲੀ ਜਾ ਕੇ ਕੇਜਰੀਵਾਲ ਸਾਹਿਬ ਨੂੰ ਕਿਦਾਂ ਫੜਨਗੇ ਬਈ ਦਿੱਲੀੋਂ ਆਉਦੇ ਤਾਂ ਹਮੇਸ਼ਾ ਹਮਲਾਵਰ ਹੀ ਰਹੇ ਆ ਇਹ ਵੀ ਇੱਕ ਹਮਲਾ ਆ ਤਾੜਦੀਆਂ ਦਾ ਹੁਣ ਇਹਨਾਂ ਦਾ ਮੁੱਖ ਮੰਤਰੀਆਂ ਚਿਹਰਾ ਨਹੀਂ ਹਜੇ ਤੱਕ ਲਾਨਿਆ ਜਾ ਰਿਹਾ ਪੂਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਹਨਾਂ ਨੇ ਈਮੋਸ਼ਨਲ ਬਲੈਕਮੇਲ ਕੀਤਾ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਰਾਜੇਵਾਲ ਸਾਡਾ ਚਿਹਰਾ ਹੋਊਗਾ ਪੂਰੇ ਪੰਜਾਬ ਦੇ ਕਿਸਾਨ ਵਿਚਾਰੇ ਉਹ ਚੱਕ ਕੇ ਗੱਡੀਆਂ ਉਹਨਾਂ ਨੇ ਆਪਣਾ ਹਰਾ ਝੰਡਾ ਲਾ ਕੇ ਲਾ ਕੇ ਉਹਨਾਂ ਨੇ ਰਾਜਨੀਤੀ ਵਾਲਾ ਝੰਡਾ ਲਾ ਲਿਆ ਲੱਗਦਾ ਵੀ ਹੁਣ ਪੰਜਾਬ ਦੀ ਸਿਆਸਤ ਦਾ ਕੀ ਬਣੂਗਾ 100 ਦਿਨਾਂ ਚ 4 ਡੀਜੀਪੀ ਬਦਲਤੇ ਔਰ ਜਿਹੜਾ ਡੀਜੀਪੀ ਲਾਉਂਦੇ ਸੀ ਉਹਨੂੰ ਕਹਿੰਦੇ ਸੀ ਮਜੀਠੀਆ ਚੁੱਕ ਲਏਗਾ ਮਜੀਠੀਆ ਚੁੱਕ ਲਏਗਾ ਅੱਜ ਜੇ ਪੂਰਾ ਮਜ਼ਬੂਤ ਕੋਈ ਧੜਾਇਆ ਪੰਜਾਬ ਦੇ ਵਿੱਚ ਰਾਜਨੀਤੀ ਦਾ ਉਹ ਬਸਪਾ ਸ਼੍ਰੋਮਣੀ ਅਕਾਲੀ ਦਲ ਹੈ ਕਾਂਗਰਸ ਦੀਆਂ ਧੜੀਆਂ ਬਸਪਾ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕਣਗੀਆਂ ਅੱ비 ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਭਾਵੇਂ ਹੀ ਮੌਸਮ ਠੰਡਾ ਹੁੰਦਾ ਪਿਆ ਠੰਡ ਬਹੁਤ ਹੋ ਰਹੀ ਹੈ ਪਰ ਸਿਆਸਤ ਬਹੁਤ ਹੀ ਗਰਮ ਹੁੰਦੀ ਨਜ਼ਰ ਆ ਰਹੀ ਹੈ ਸਾਡੇ ਨਾਲ ਨੇ ਜਸਵੀਰ ਸਿੰਘ ਗੜੀਗੀ ਬਸਪਾ ਪੰਜਾਬ ਦੇ ਪ੍ਰਧਾਨ ਨੇ ਗੜੀ ਸਾਹਿਬ ਕਿਵੇਂ ਦੇਖਦੇ ਹੋ ਸਿਆਸਤ ਚ ਅੱਜ ਫੇਰ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਦੌਰਾ ਸੀਗਾ ਚੰਡੀਗੜ੍ਹ ਵੀ 에ਰਪੋਰਟ ਤੇ ਆਏ ਮੁੜ ਕੇ ਖਰੜ ਦੇ ਵਿੱਚ ਡੋਰ ਟੂ ਡੋਰ ਕਰਦੇ ਪਏ ਆ ਕਹਿੰਦੇ ਫੇਰ ਝੜੀਆਂ ਲਾਤੀਆਂ ਐਲਾਨਾਂ ਦੀਆਂ ਦੇਖੋ ਮਾ ਜੋ ਕੇਜਰੀਵਾਲ ਸਾਹਿਬ ਹਮੇਸ਼ਾ ਹੀ ਇੱਕ ਚੰਗਾ ਪੋਲਿਟਿਸ਼ਨਰ ਹੋਣ ਦਾ ਭਰਮ ਪੈਦਾ ਕਰਦੇ ਆ ਅੱਜ ਵੀ ਜਿਹੜੇ ਐਲਾਨ ਹੈ ਉਹ ਉਹੀ ਸਿਹਤ ਸੁੱਖਿਆ ਰੋਜ਼ਗਾਰ ਇਹ ਉਹ ਮੁਹੱਲਾ ਕਲੀਨਿਕ ਉਹ ਸਾਰਾ ਹੀ ਜਿਹੜਾ ਹੈਗਾ ਸਸੰਗ ਹੈਗਾ ਆ ਕਿਉਂਕਿ ਇਹ ਸਸੰਗ ਮੈਂ ਇਸ ਕਰਕੇ ਕਿਹਾ ਕਿ ਬੋਲਣਾ ਔਰ ਕਰਨਾ ਇਹਦਾ ਦੋਹਾਂ 'ਚ ਫਰਕ ਹੁੰਦਾ ਮੰਨ ਜੋ ਕੇਜਰੀਵਾਲ ਸਾਹਿਬ ਜੇ ਇੰਨੇ ਹੀ ਪੰਜਾਬ ਹਤੈਸ਼ੀ ਆ ਤਾਂ ਪਹਿਲਾ ਉੱਤਰ ਕੇਜਰੀਵਾਲ ਸਾਹਿਬ ਇਹ ਦੇਣ ਕਿ ਪੰਜਾਬ ਦਾ ਧੂਆਂ ਪਰਾਲੀ ਦੇ ਨਾਲ ਆਉਂਦਾ ਇਹਨਾਂ ਨੇ ਹਾਈ ਉੱਥੇ ਸੁਪਰੀਮ ਕੋਰਟ ਚ ਐਫੀ ਡਾਇਰੈਕਟ ਦਿੱਤਾ ਕਿ ਪੰਜਾਬ ਦੀ ਝੋਨਾ ਪਰਾਲੀ ਬੰਦ ਕਰਾਓ ਦੂਜਾ ਇਹਨਾਂ ਨੇ ਐਫੀ ਡਾਊਟ ਦਿੱਤਾ ਕਿ ਪੰਜਾਬ ਦੇ ਪਾਣੀਆਂ 'ਚ ਦਿੱਲੀ ਨੂੰ ਹਿੱਸਾ ਮਿਲਣਾ ਚਾਹੀਦਾ ਉਹਦੇ ਬਾਰੇ ਉੱਤਰ ਦੇਣ ਤੀਜਾ ਮਨਜੋ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ ਦਾ ਧੂਆਂ ਦਿੱਲੀ ਨੂੰ ਤੰਗ ਕਰਦਾ ਹੈ ਬੰਦ ਕੀਤਾ ਜਾਵੇ ਤੇ ਇਹ ਤਿੰਨੇ ਹੀ ਮੁੱਦੇ ਜਿਹੜੇ ਆ ਪੰਜਾਬ ਦੇ ਇੰਨਾ ਇਹਨਾਂ ਦੇ ਕਹਾਣ ਕਰਨ ਵਾਲੇ ਆ ਪੰਜਾਬ ਦਾ ਔਰ ਜਿਹੜੀਆਂ ਗਰੰਟੀਆਂ ਇਹ ਦੇ ਰਹੇ ਆ ਸਾਡੀ ਆ ਗਰੰਟੀ ਸਾਡੀ ਆ ਗਰੰਟੀ ਸਾਡੀ ਆ ਗਰੰਟੀ ਵੀ ਗਰੰਟੀ ਤਾਂ ਮਨਜੋ ਕੈਪਟਨ ਸਾਹਿਬ ਨੇ ਵੀ ਦਿੱਤੀ ਸੀ ਕੈਪਟਨ ਸਾਹਿਬ ਨੂੰ ਤਾਂ ਮਹਿਲਾਂ 'ਚੋਂ ਫੜਨੀ ਹੋਇਆ ਪੰਜਾਬ ਦੇ ਲੋਕਾਂ ਕੋਲੋਂ ਦਿੱਲੀ ਜਾ ਕੇ ਅਫਦਾਲੀ ਨੂੰ ਕਿਦਾਂ ਫੜਨਗੇ ਕੇਜਰੀਵਾਲ ਸਾਹਿਬ ਨੂੰ ਕਿਦਾਂ ਫੜਨਗੇ ਸੌਰੀ ਬਈ ਦਿੱਲੀੋਂ ਆਉਂਦੇ ਤਾਂ ਹਮੇਸ਼ਾ ਹਮਲਾਵਰ ਹੀ ਰਹੇ ਆ ਇਹ ਵੀ ਇੱਕ ਹਮਲਾ ਆ ਤਾੜਵੀਆਂ ਦਾ ਔਰ ਪੰਜਾਬ ਦੇਖੋ ਇਹਨਾਂ ਨੇ 2014 ਚ ਲੋਕਾਂ ਨੇ ਇਹਨਾਂ ਤੇ ਭਰੋਸਾ ਕੀਤਾ ਜਦੋਂ ਪੂਰੇ ਦੇਸ਼ ਵਿੱਚ ਇਹਨਾਂ ਦੀ ਜ਼ੀਰੋ ਸੀਗੀ ਖੁਦ ਦਿੱਲੀ ਵੀ ਜ਼ੀਰੋ ਨਾਲੇ ਉੱਥੇ ਸਰਕਾਰ ਸੀ ਸਰਕਾਰ ਇਹਨਾਂ ਦੀ ਸਾਰੇ ਐਮਐਲਏ ਇਹਨਾਂ ਦੇ ਸਟਾਰਟ ਤੇ ਐਮਪੀ ਸਾਰੇ ਬੀਜੇਪੀ ਦੇ ਜਿੱਤ ਗਏ ਇਦਾਂ ਕਿਤਾ ਹੋ ਸਕਦੀ ਜੀ ਲੇਕਿਨ ਪੰਜਾਬ ਦੇ ਲੋਕਾਂ ਨੇ ਇਹਦੇ ਤੇ ਭਰੋਸਾ ਕੀਤਾ ਇਹਦੇ ਉਹ ਪਿੱਛੇ ਦਾ ਰੌਲਾ ਵੀ ਪੈ ਗਿਆ ਸੀਗਾ ਬਈ ਕਾਲਾ ਚਿਹਰਾ ਗੋਰਾ ਚਿਹਰਾ ਮੈਂ ਤਾਂ ਉਹਦੇ ਚ ਪੈਣਾ ਨਹੀਂ ਚਾਹੁੰਦਾ ਮੈਂ ਤਾਂ ਇਹੀ ਕਹੂੰਗਾ ਬਈ ਉਹ ਜਿਹੜਾ ਦਲਜੀਤ ਸਿੰਘ ਸੰਤ ਦਲਜੀਤ ਦਾ ਗੀਤ ਗਾਉਂਦਾ ਸੀਗਾ ਬਈ ਮੁੱਖ ਤੇਰਾ ਸੋਹਣਾ ਮੁੰਡਿਆ ਐਦਾਂ ਤੇ ਬਈ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਹੋ ਜਿਹੜੇ ਉਹ ਚਾਰ ਜਿਤਾਏ ਸੀ ਪੰਜਾਬ ਵਾਲਿਆਂ ਨੇ ਅਜੇ ਤੱਕ ਤਿੰਨ ਕਿੱਥੇ ਆ ਜੀ ਤਿੰਨ ਕਿੱਥੇ ਆ 2017 ਚ ਵੀ ਤੁਹਾਡੇ ਤੇ ਭਰੋਸਾ ਕੀਤਾ 23 ਪਰ 22% ووٹ ਦਿੱਤੀ ਤੁਹਾਨੂੰ ਪੰਜਾਬੀਆਂ ਨੇ ਔਰ 20 ਐਮਐਲਏ ਜਿਤਾਏ 13 ਕਿੱਥੇ ਆ 7 ਵਜੇ ਤੁਹਾਡੇ ਕੋਲ ਉਹ ਵੀ 7 ਤੁਸੀਂ ਤਾਂ ਸਾਹਮੇ ਪਹਿਲੀ ਸੂਚੀ ਚ ਉਹਨਾਂ ਦਾ ਨੌਜਾਰੀ ਕਰਕੇ ਨਹੀਂ ਤਾਂ ਸਾਰਿਆਂ ਨੇ ਲੈਨ ਲਾਈਓ ਸੀਗੀ ਔਰ ਆਜ਼ਾਦੀ ਦੇ ਇਤਿਹਾਸ ਚ ਪਹਿਲੀ ਦਰਘਟਨਾ ਆ ਕਦੇ ਵੀ ਐਮਐਲਏ ਜਦੋਂ ਪਾਰਟੀ ਸ਼ਿਫਟ ਕਰਦਾ ਆ ਤਾਂ ਉਹ ਕਿਤੇ ਪ੍ਰੈਸ ਕਾਨਫਰੰਸ ਬੁਲਾਉਂਦਾ ਆ ਕਿਤੇ ਰੌਣਕ ਮੇਲਾ ਕਰਦਾ ਆ ਲੇਕਿਨ ਆਮ ਆਦਮੀ ਪਾਰਟੀ ਦੇ ਜਿਹੜੇ ਇੰਨੇ ਇਹ ਆ ਇੰਨੀ ਅਨਸਟੇਬਲ ਪਾਰਟੀ ਆ अनस्टेबल पार्टी अस्थिर पार्टी के जिथे ਜਾਂਦੇ ਸਿਰਤਾ ਹੀ ਫਲਾਉਂਦੇ ਆ ਅਨਸਟੇਬਿਲਟੀ ਫਲਾਉਂਦੇ ਆ ਔਰ ਉਹ ਇੱਕ ਐਮਐਲਏ ਤਾਂ ਵਿਚਾਰਾ ਵਿਧਾਨ ਸਭਾ ਦੇ ਵਿੱਚੇ ਹੀ ਸ਼ਾਮਲ ਹੋ ਗਿਆ ਮੁਖਮਤ ਜੱਪੀਆਂ ਪਾ ਕੇ ਔਰ ਅੱਜ ਜੇ ਪੰਜਾਬੀਆਂ ਨੂੰ ਲੋੜ ਹੈ ਉਹ ਸਟੇਬਲ ਗਵਰਨਮੈਂਟ ਦੀ ਜ਼ਰੂਰਤ ਹੈ ਸਥਿਰਤਾ ਦੀ ਜ਼ਰੂਰਤ ਹੈ ਅੱਜ ਇਹਨਾਂ ਨੇ ਜਿਹੜੀ ਸੂਚੀ ਜਾਰੀ ਕੀਤੀ ਆਮ ਆਦਮੀ ਪਾਰਟੀ ਇੱਕ ਮੌਕਾ ਕੇਜਰੀਵਾਲ ਨੂੰ ਭਈ ਜਿਹੜਾ ਤੁਹਾਨੂੰ ਇੱਕ ਮੌਕਾ ਭਾਲਦੇ ਆ ਉਹ ਚੋਂ 35 ਟਿਕਟਾਂ ਤਾਂ ਤੁਸੀਂ ਅਕਾਲੀ ਭਾਜਪਾ ਤੇ ਉਹ ਹੀ ਰਵੈਤੀ ਪਾਰਟੀਆਂ ਨੂੰ ਦਿੱਤੀਆਂ 35 ਤੁਸੀਂ ਉਹਨਾਂ ਨੂੰ ਦਿੱਤੀਆਂ ਤੁਸੀਂ 17 'ਚ ਵੀ ਇਦਾਂ ਹੀ ਕੀਤਾ ਸੀ ਉਹ ਇਹਦਾ ਮਤਲਬ ਜਿੱਦਾਂ 17 'ਚ ਇਹ ਤੁਹਾਡਾ ਜਿਹੜਾ ਗੁਲਦਸਤਾ ਉਹ ਖਿੱਲਰ ਗਿਆ ਇਹ ਇਹ ਭਾਈ 22 ਦਾ 22 ਤੋਂ ਬਾਅਦ ਵੀ ਜਿਹੜਾ ਮਾੜਾ ਮੋਟਾ ਬੰਨਾ ਉਹ ਵੀ ਖਿੱਲਰ ਜਾਣਾ ਆ ਤਾਂ ਪੰਜਾਬ ਦੇ ਲੋਕਾਂ ਨੂੰ ਅੱਜ ਸਥਿਰ ਗਵਰਨਮੈਂਟ ਦੀ ਜ਼ਰੂਰਤ ਹੈ ਜਿਹੜੀ ਪੰਜਾਬ ਨੂੰ ਡਿਵੈਲਪ ਕਰ ਸਕੇ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾ ਸਕੇ ਉਹ ਪੰਜਾਬ ਦੀਆਂ ਪੜੀਆਂ ਹੋਈਆਂ ਪੰਜਾਬੀ ਪਾਰਟੀਆਂ ਦੇ ਸਕਦੀਆਂ ਇੱਕ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਪੰਜਾਬ ਦੇ ਲੋਕਾਂ ਨੇ ਬਣਾਈ ਦੂਸਰੀ ਪਾਰਟੀ ਇੱਕ ਪੰਜਾਬੀ ਨੇ ਬਣਾਈ ਜਿਹੜੀ ਰਾਸ਼ਟਰੀ ਪਾਰਟੀ ਆ ਨੈਸ਼ਨਲ ਪਾਰਟੀ ਆ ਉਹ ਬੌਜਨ ਸਮਾਜ ਪਾਰਟੀ ਆ ਤੇ ਕਿਵੇਂ ਲੱਗਦਾ ਕੇਜਰੀਵਾਲ ਸਾਹਿਬ ਹੁਣ ਪਹਿਲਾਂ ਵੀ ਇਲੈਕਸ਼ਨ ਹੋਏ ਨੇ 17 ਚ ਜਿਵੇਂ ਜਿਵੇਂ ਤੁਸੀਂ ਦੱਸਿਆ ਆਮ ਆਦਮੀ ਪਾਰਟੀ ਦੇ ਪੰਜਾਬ ਚ ਕਿਵੇਂ ਦੀ ਸਥਿਤੀ ਸਰਤਾ ਰਹੀ ਆ ਹੁਣ ਇਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਜੇ ਤੱਕ ਲਾਨਿਆ ਜਾ ਰਿਹਾ ਭਗਵੰਤ ਮਾਨ ਸਾਹਿਬ ਵੀ ਬਹੁਤ ਜ਼ਿਆਦਾ ਮਤਲਬ ਨਾਜ਼ੁਕ ਜੇ ਹੋਏ ਲੱਗਦੇ ਨੇ ਵੀ ਗੱਲਾਂ ਉੱਡਦੀਆਂ ਪਈਆਂ ਨੇ ਵੀ ਇੱਕ ਮੈਡਮ ਵੀ ਕਾਂਗਰਸ ਚ ਸ਼ਾਮਲ ਹੋ ਚੁੱਕੇ ਨੇ ਕਹਿੰਦੇ ਵੀ ਹਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਤਾਂ एलान ਨਹੀਂ ਰਿਹਾ ਵੀ ਕਹਿੰਦੇ ਸਿੱਖ ਚਿਹਰਾ ਹੋਊਗਾ ਕਿਹ ਦੇਖੋ ਕੇਜਰੀਵਾਲ ਸਾਹਿਬ ਧਰਤੀ ਦੇ ਸਭ ਤੋਂ ਮੈਨੂੰ ਨਿਰਣਾ ਨਹੀਂ ਆ ਕਿਹੜਾ ਸੱਚਾ ਕਿਹੜਾ ਝੂਠਾ ਲੇਕਿਨ ਐਲਾਨ ਕੀਤਾ ਹੈ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਅੱਜ ਤੋਂ ਸਾਲ ਪਹਿਲਾਂ ਅਸੀਂ ਪੰਜਾਬ ਨੂੰ ਪਿਛਲੀ ਵਾਰ ਕਹਿੰਦੇ ਸੀ ਦਲਤ ਮੁਖਮંત્રી ਦੇਾਂਗੇ ਐਤਕੀ ਕਹਿੰਦੇ ਸਿੱਖ ਮੁਖਮંત્રી ਦੇਾਂਗੇ ਔਰ ਸਿੱਖ ਮੁਖਮੰਤਰੀ ਦੇਣਾ ਕਿਹੜਾ ਉਹਦੇ ਲਈ ਇਹਨਾਂ ਨੇ ਕਦੇ ਐਸਪੀ ਓਵਰ ਆਏ ਤੇ ਡੋਰੇ ਪਾਏ ਬਿਲਕੁਲ ਡੋਰੇ ਫਿਰ ਇਹਨਾਂ ਨੇ ਰਾਜੇਵਾਲ ਸਾਹਿਬ ਤੇ ਡੋਰੇ ਪਾਏ ਉਹ ਇਹਨਾਂ ਦੇ ਡੋਰਿਆਂ 'ਚ ਫਸ ਗਿਆ ਉਹ ਰਾਜੇਵਾਲ ਸਾਹਿਬ ਇਹਨਾਂ ਦੇ ਡੋਰਿਆਂ 'ਚ ਫਸ ਗਿਆ ਔਰ ਦਿੱਲੀ ਰਾਜੇਵਾਲ ਸਾਹਿਬ ਨੇ 32 ਦੀਆਂ 32 ਕਿਸਾਨ ਜਥੇਬੰਦੀਆਂ ਔਰ ਦਿੱਲੀ ਸਰਕਾਰ ਦਾ মিডিਆ ਹਾਈਪ ਉਹ ਸਾਰਾ ਲੈ ਕੇ ਉਹ ਸੁਪਨੇ ਵਿਚਾਰਾ ਡੋਰਿਆਂ ਦੇ ਵਿੱਚ ਆ ਕੇ ਉਹਨੂੰ ਸੁੱਤੇ ਜਾਗਦੇ ਨੂੰ ਉਹਦੀ ਫੀਲਿੰਗ ਐ ਮੁੱਖ ਮੰਤਰੀ ਵਾਲੀ ਸੀ ਉਹਦੀ ਬੋਲਚਾਲ ਰਹਿਣੀ ਸਹਿਣੀ ਮੁੱਖ ਮੰਤਰੀ ਵਾਲੀ ਬਣ ਗਈ ਕਿ ਮੈਂ ਤਾਂ ਬਣਨ ਜਾ ਰਿਹਾ ਔਰ ਇਹਨਾਂ ਨੇ ਵੀ ਪੂਰਾ ਝਾੜ ਤੇ ਚੜਾਇਆ ਕੇਜਰੀਵਾਲ ਸਾਹਿਬ ਨੇ ਵੀ ਪੂਰਾ ਔਰ ਕੇਜਰੀਵਾਲ ਸਾਹਿਬ ਨੇ ਇਦਾਂ ਹੀ ਡੋਰੇ சுகਦੇਵ ਢੀਂਡਸੇ ਦੇ ਵੀ ਪਾਏ ਸੀ ਸਮਝੌਤੇ ਦੀਆਂ ਗੱਲਾਂ ਚੱਲ ਪਈਆਂ ਔਰ ਜਿੱਦਣ ਵਿਚਾਰਾ சுகਦੇਵ ਢੀਂਡਸਾ ਜੀ ਤੋਂ ਬਜ਼ੁਰਗ ਆਗੂ ਆ ਦੇਖੋ ਪੰਜਾਬ ਦੇ ਉਹਨਾਂ ਨੇ ਬਿਆਨ ਲਾ ਬੈਠੇ ਕਿ ਸਾਡੀ ਗੱਲਬਾਤ ਚੱਲ ਰਹੀ ਆ ਇਹਨਾਂ ਨੇ ਜਦ ਹੀ ਉਹ ਰੇਮਲ ਆਇਆ ਰਿੰਮ ਜਿਹੜਾ ਭਾਂਡੇ ਮਾਜਦਾ ਹੁੰਦਾ ਭਗਵੰਤ ਮਾਨ ਵਾਲਾ ਇਹਨਾਂ ਨੇ ਉਹ ਢੀਂਡਸਾ ਉਹ ਫੇਰ ਮੰਝਦਾ ਦੂਜੀ ਵਾਰੀ ਪਹਿਲਾਂ ਉਦਾਂ ਮੰਝਦੇ ਰਹੇ ਵੋਟਾਂ ਦੇ ਵਿੱਚ ਫਿਰ ਇਦਾਂ ਮੰਝਦਾ ਵਿਚਾਰਾ ਅੱਜ ਤੱਕ ਨਹੀਂ ਉੱਠ ਸਕਿਆ ਉਹਦੀ ਪਾਰਟੀ ਅੱਜ ਤੱਕ ਨਹੀਂ ਉੱਠ ਸਕੀ ਖੇਰੂ ਖੇਰੂ ਹੋ ਗਈ ਇਸੇ ਤਰ੍ਹਾਂ ਨਾ ਕਿਸਾਨ ਅੰਦੋਲਨ ਦੇ ਨਾਲ ਇਹਨਾਂ ਨੇ ਵੱਡਾ ਧਰੋਕ ਮਾਰ ਕਮਾਇਆ ਪੂਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਹਨਾਂ ਨੇ इमोशनल ਬਲੈਕਮੇਲ ਕੀਤਾ ਕਿ ਕਿਸਾਨੋ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਰਾਜੇਵਾਲ ਸਾਡਾ ਚਿਹਰਾ ਹੋਊਗਾ ਪੂਰੇ ਪੰਜਾਬ ਦੇ ਕਿਸਾਨ ਵਿਚਾਰੇ ਉਹ ਚੱਕ ਕੇ ਗੱਡੀਆਂ ਉਹਨਾਂ ਨੇ ਆਪਣਾ ਹਰਾ ਝੰਡਾ ਲਾ ਕੇ ਲਾ ਕੇ ਉਹਨਾਂ ਨੇ ਰਾਜਨੀਤੀ ਵਾਲਾ ਝੰਡਾ ਲਾ ਲਿਆ ਸੰਯੁਕਤ ਮੋਰਚੇ ਵਾਲਾ ਝੰਡਾ ਲਾ ਕੇ ਉਹ ਕੋਈ ਸਮਾਜ ਪਾਰਟੀ ਬਣਾ ਲਈ ਉਹਨਾਂ ਨੇ ਸਮਾਜ ਮੋਰਚਾ ਬਣਾ ਲਿਆ ਔਰ ਇਹਦੀਆਂ ਗੱਲਾਂ ਚ ਆ ਗਏ ਔਰ ਐਦਾਂ ਦੇ ਆਏ ਅੱਜ ਹੁਣ ਕਿਸਾਨਾਂ ਨਾਂ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਹੁਣ ਦਾ ਨਿਕਲ ਸਕਦੇ ਆ ਕਿਸਾਨਾਂ ਉੱਗਲ ਸਕਦੇ ਆ ਨਿਕਲੂਗੇ ਤਾਂ ਰਿਜ਼ਲਟ ਮੋਰੇ ਦਿਖਦਾ ਆ ਜੇ ਉੱਗਲਾਂ ਦੋਗੇ ਤਾਂ ਮੋਰੇ ਰਾਜਨੀਤਿਕ ਭਵੇ ਖਤਮ ਹੁੰਦਾ ਮਾਨਯੋਗ ਕੇਜਰੀਵਾਲ ਸਾਹਿਬ ਉਹ ਕਿਸ਼ਤੀ ਆ ਜਿਹੜਾ ਪੋਲੀਟੀਸ਼ੀਨਰ ਇਹਦੇ ਚ ਚੜਿਆ ਖੈਰਾ ਚੜਿਆ ਉਹ ਡੁੱਬ ਗਿਆ ਆ ਬੈਸ ਜਿਹੜੇ ਸੀ ਲੁਧਿਆਣੇ ਵਾਲੇ ਉਹ ਅੱਜ ਕੱਲ ਦੇ ਵਿੱਚ ਵਿਚਾਰੇ ਉਹ ਫੁੱਲ ਫੁੱਲ ਚੁੱਕਣੇ ਵਾਲੇ ਆ ਤਾਂ ਇਸ ਕਰਕੇ ਹਰਵੰਦ ਕੇਜਰੀਵਾਲ ਜੀ ਵਿਚਾਰਾ ਨਾਲੇ ਹੁਣ ਦਿੱਲੀ ਤੋਂ ਆਏ ਨੇ ਜੀ ਵੱਡੇ ਬਿਜ਼ਨਸਮੈਨ ਐ ਦਿਮਾਗ ਉਹਨਾਂ ਦਾ ਵਪਾਰੀ ਦਿਮਾਗ ਐ ਜੀ ਅਸੀਂ ਤਾਂ ਪਿੰਡ ਪਿੰਡਾਂ ਦੇ ਸਿੱਧੇ ਸਾਦੇ ਲੋਕ ਐ ਜੀ ਤਾਂ ਮੇਰੀ ਤਾਂ ਇੰਨਾ ਹੀ ਪੰਜਾਬੀਆਂ ਨੂੰ ਬੇਨਤੀ ਆ ਵੀ ਭਰਾਵੋ ਅਸੀਂ ਤਾਂ ਖੇਤਾਂ ਮਜ਼ਦੂਰ ਆ ਸੜਕਾਂ ਤੇ ਕੰਮ ਕਰਨ ਵਾਲੇ ਲੋਕ ਐ ਮਜ਼ਦੂਰੀਆਂ ਮਿਹਨਤਾਂ ਕਿਤੇ ਇਹਨਾਂ ਦੀਆਂ ਗੱਲਾਂ ਚ ਨਾ ਜਿਓ ਜੜੀ ਸਾਹਿਬ ਤੁਹਾਡਾ ਵੀ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਗਿਆ ਆ ਬਹੁਤ ਮਤਲਬ ਐਦ ਕੀ ਜੋਰ ਨਜ਼ਰ ਵੀ ਆ ਰਹੀ ਹੈ ਕਿਸੇ ਨਾ ਕਿਸੇ ਪਾਸੇ ਕਿਵੇਂ ਲੱਗਦਾ ਹੈ ਦੇਖੋ ਜਿੱਦਾਂ ਦੇ ਹਾਲਾਤ ਬਣੇ ਆ ਵਾਹਿਗੁਰੂ ਨੇ ਕਿਰਪਾ ਕੀਤੀ ਆ ਕਾਲਪੁਰਖ ਕੁਦਰਤ ਦਾ ਅਸ਼ੀਰਵਾਦ ਹੈ ਕਿ ਪੰਜਾਬ ਦੇ ਵਿੱਚ ਮਲਟੀ ਕਾਰਨਰ ਕੰਟੈਸਟ ਹੋ ਰਿਹਾ ਆ ਔਰ ਮੈਨੂੰ ਇਦਾਂ ਲੱਗਦਾ ਕਿ ਇਦਾਂ ਨਹੀਂ ਲੱਗਦਾ ਅੱਜ ਤਾਂ ਅਨਲਿਸਿਸ ਚੱਲ ਹੀ ਪਏ ਨੇ ਕਿ ਜੇ ਅੱਜ ਸਿੱਧੀ ਲੜਾਈ ਹੋ ਰਹੀ ਆ ਉਹ ਕਾਂਗਰਸ ਔਰ ਅਕਾਲੀ ਬਸਪਾ ਗੱਠਜੋੜ ਚ ਹੋ ਰਹੀ ਆ ਜਿਹਦੇ ਚੋਂ ਵੀ ਇੱਕ ਨੰਬਰ ਤੇ ਅਕਾਲੀ ਬਸਪਾ ਗੱਠਜੋੜ ਨੂੰ ਰੱਖਿਆ ਜਾ ਰਿਹਾ ਕਿਉਂਕਿ ਜਿਹੜੀਆਂ ਬਾਕੀ ਪਾਰਟੀਆਂ ਨੇ ਇਹਨਾਂ ਨੇ ਜ਼ੀਰੋ ਤੋਂ ਸ਼ੁਰੂਆਤ ਕਰਨੀ ਆ ਆ ਪਾਰਟੀ ਨੇ ਕਿੱਥੋਂ ਸ਼ੁਰੂਆਤ ਕਰਨੀ ਕਹਿੰਦੇ ਜੀ ਅੰਡਰ ਕਰੰਟ ਚੱਲ ਰਿਹਾ ਸਾਡੇ ਬਈ ਬਈ ਤੁਸੂ ਪੁੱਛਣੇ ਵਾਲਾ ਹੋਵੇ 17 ਦੇ ਵਿੱਚ ਤਾਂ ਕਰੰਟ ਤੁਹਾਡਾ ਅੰਦਰ ਵੀ ਚੱਲਦਾ ਸੀ ਬਾਹਰ ਵੀ ਚੱਲਦਾ ਸੀ ਪੰਜਾਬ ਚ ਵੀ ਚੱਲਦਾ ਸੀ ਪੰਜਾਬ ਤੋਂ ਬਾਹਰ ਵੀ ਚੱਲਦਾ ਸੀ ਦੇਸ਼ ਚ ਵੀ ਚੱਲਦਾ ਸੀ ਵਿਦੇਸ਼ ਚ ਵੀ ਚੱਲਦਾ ਸੀ ਅੱਜ ਨਾ ਕਰੰਟ ਤੁਹਾਡਾ ਦੇਸ਼ ਵਿੱਚ ਹੈ ਨਾ ਵਿਦੇਸ਼ ਵਿੱਚ ਹੈ ਅੱਜ ਨਾ ਪੰਜਾਬ ਦੇ ਅੰਦਰ ਹੈ ਨਾ ਬਾਹਰ ਹੈ ਨਾ ਧਰਤੀ ਦੇ ਉੱਪਰ ਹੁਣ ਤੁਸੀਂ ਕਹੀ ਜਾਂਦੇ ਸਾਡਾ ਧਰਤੀ ਦੇ ਥੱਲੇ ਚੱਲਦਾ ਕਰੰਟ ਤੇ ਬਈ ਜਿਹੜਾ ਥੱਲੇ ਚੱਲਦਾ ਤੁਹਾਡਾ ਕਰੰਟ 2017 ਦੇ ਵਿੱਚ ਜਿਹੜਾ ਜਦੋਂ ਚਾਰੇ ਪਾਸੇ ਕਰੰਟ ਸੀ ਤੇ ਤੁਹਾਨੂੰ 23% ਵੋਟ ਪਈ ਤੀਜੇ ਨੰਬਰ ਦੀ ਪਾਰਟੀ ਸੀ 20 ਐਮਐਲਏ ਸੀਗੇ ਐਮਐਲਏ ਦੇ ਹਿਸਾਬ ਨਾਲ ਦੂਜੇ ਨੰਬਰ ਦੀ ਪਾਰਟੀ ਸੀ ਪਰਸੈਂਟੇਜ ਦੇ ਹਿਸਾਬ ਨਾਲ ਤੀਜੇ ਨੰਬਰ ਤੇ ਔਰ 2019 ਦੀ ਜਦੋਂ 2 ਸਾਲ ਸਵਾ 2 ਸਾਲ ਬਾਅਦ ਵੋਟਾਂ ਪਈਆਂ ਤਾਂ ਮਾਜੋਬ ਆ ਜਿਹੜੀ ਉੱਪਰ ਥੱਲੇ ਵਾਲੇ ਦੁਆਲੇ ਕਰਾਂਟੇ ਕਰੰਟ ਸਿਗਾ ਉਹਨੂੰ 7% ਵੋਟ ਰਹੀ ਗਈ ਓਨਲੀ 7% ਬੀਐਸਪੀ ਤੋਂ 3 ਲੱਖ ਜਿਆਦੇ ਵੋਟ ਹੈ ਬਸ ਬੀਐਸਪੀ ਕੋਲ ਪੰਜਾਬ ਚ ਲਗਭਗ 5 ਲੱਖ ਵੋਟ ਹੈ ਕੇਜਰੀਵਾਲ ਕੋਲ 8 ਲੱਖ ਹੈ ਬਸ ਇੰਨਾ ਹੀ ਫਰਕ ਹੈ 19 ਦਾ ਤੇ ਇੱਕ ਗੜੀ ਸਾਹਿਬ ਦਲਿਤ ਚਿਹਰੇ ਨੂੰ ਲੈ ਕੇ ਬਹੁਤ ਜਿਆਦਾ ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਕਿਵੇਂ ਦੇਖਦੇ ਹੋ ਕਿ ਪੁਲਿਸ ਮੈਕਮੇ ਦੀਆਂ ਗੱਲਾਂ ਆ ਜਿੰਦੀ ਰੜੀ ਜੀ ਵੀ ਨੂੰ ਲੈ ਕੇ ਗੱਲਾਂ ਆਂਦੀਆਂ ਨੇ ਕਿਵੇਂ ਲੱਗਦਾ ਹੈ ਵੀ ਉਧਰੋਂ ਚੰਨੀ ਸਾਹਿਬ ਕਹਿੰਦੇ ਅਸੀਂ ਆਮ ਆਦਮੀ ਆ ਚੰਨੀ ਸਾਹਿਬ ਕਹਿੰਦੇ ਵੀ ਅਸੀਂ ਤਾਂ ਦੋ ਸੀਟਾਂ ਦੀ ਗੱਲਬਾਤ ਚੱਲਦੀ ਪਈ ਕੋਰ ਸਾਹਿਬ ਹਲਕੇ ਤੋਂ ਇੱਕ ਨਾਉ ਤੂੰ ਹਾਂ ਦੇਖੋ ਕਾਂਗਰਸ ਬੜੀ ਸ਼ੈਤਾਨ ਨਾ ਰਾਜਨੀਤੀ ਕਰਨ ਵਾਲੀ ਹੈਗੀ ਹੈ ਸ਼ੈਤਾਨੀ ਰਾਜਨੀਤੀ ਹੁੰਦੀ ਇਹਨਾਂ ਦੀ ਔਰ ਬੜੀ ਜਦੋਂ ਇਹਨਾਂ ਨੂੰ ਲੱਗਦਾ ਆ ਕਿ ਸੰਘੇ ਦੇ ਉੱਤੇ ਵਜਨ ਪੈ ਗਿਆ ਫਿਰ ਇਹ ਸਹੂਲਤਾਂ ਵੀ ਛੱਡਦੇ ਆ ਆਜ਼ਾਦੀ ਦੇ 74 ਸਾਲਾਂ ਚ ਇਹਨਾਂ ਨੇ ਕਦੇ ਵੀ ਦਲਤ ਮੁੱਖ ਮੰਤਰੀ ਚਿਹਰਾ ਦੇਣ ਦਾ ਨਹੀਂ ਸੋਚਿਆ ਕਦੇ ਕਨਸੋ ਵੀ ਨਿਕਲ ਨਹੀਂ ਦਿੱਤੀ ਕਦੇ ਚਰਚਾ ਵੀ ਕੀਤੀ ਨਹੀਂ ਪੰਜਾਬ ਜਿਹੜਾ ਲਾਰਜੇਸਟ ਸ਼ੈਡਿਊਲ ਕਾਸਟ ਪਪੂਲੇਸ਼ਨ ਸਟੇਟ ਹੈ ਇਨ ਇੰਡੀਆ 35% ਦੇ ਲਗਭਗ ਇਹਨਾਂ ਨੇ ਹੁਣ ਮੁੱਖ ਮੰਤਰੀ ਦਲਤ ਦਿੱਤਾ ਕਦੋਂ ਦਿੱਤਾ ਜਦੋਂ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਗਿਆ ਜਦੋਂ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਗੱਠਜੋੜ ਨੇ ਆਪਣੀ ਰਣਨੀਤੀ ਡਿਕਲੇਅਰ ਕੀਤੀ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਤਾਂ ਪੂਰਾ ляр ਦਲਤ ਸਮਾਜ ਦਾ ਉਹ ਗੱਠਜੋੜ ਵਾਲੂ ਹੋ ਗਿਆ ਨੇਰੀ ਚੱਲ ਪਈ ਇਹਨਾਂ ਨੂੰ ਲੱਗਿਆ ਵੀ ਨੇਰੀ ਕੌਣ ਰੋਕ ਸਕਦਾ ਨੇਰੂ ਹੁਣ ਦਾ ਸੰਧੂਆਂ ਤੋਂ ਰੁਕਣੀ ਆ ਨਾ ਨਾ ਬਾਜਵਿਆਂ ਤੋਂ ਰੁਕਣੀ ਆ ਨਾ ਜਖੜਾਂ ਤੋਂ ਰੁਕਣੀ ਆ ਨਾ ਰੰਧਾਵਿਆਂ ਤੋਂ ਰੁਕਣੀ ਆ ਤਾਂ ਉਹਨਾਂ ਨੇ ਇੱਕ ਦਲਤ ਦਿੱਤਾ ਜਦੋਂ ਦਲਤ ਦੇ ਤਾ ਉਹ ਵਿਚਾਰਾ ਜਿੱਦਾਂ ਭੁੱਖੇ ਜੱਟ ਕਟੋਰਾ ਲੱਭਿਆ ਪਾਣੀ ਪੀ ਪੀ ਆਫਰੇ ਆ ਉਹ ਦੇਹ एलान ਦੇਹ एलान ਦੇਹ एलान 100 ਦਿਨਾਂ ਚ 100 ਲਾਨ 60 ਦਿਨਾਂ 60 ਲਾਨ ਔਰ ਜਿਹੜੇ एलान ਕੀਤੇ ਲੋਕਾਂ ਨੇ ਨਾਲੇ ਕਿ ਅਸੀਂ ਤਾਂ ਨਾਲੇ ਭਾਂਡਾ ਤੋੜਦੇ ਰਹੇ ਕਿ ਇਹ ਐਲਾਨ ਨਹੀਂ ਇਹ ਵਿਸ਼ਵਾਸ ਘਾਤ ਜੀਤਾ ਹੈ ਇਹ ਵਿਸ਼ਵਾਸ ਘਾਤ ਹੋ ਰਿਹਾ ਜੋ ਇਹ ਬੋਲ ਰਿਹਾ ਤੋ ਹੁਣਾ ਨਹੀਂ ਔਰ ਔਰ ਨੀਸਤਾਨਸੀ ਕਾਂਗਰਸ ਜਦੋਂ ਮੁੱਖ ਮੰਤਰੀ ਲਾਇਆ ਨਾਲੇ ਡੀਜੀਪੀ ਦਲਤ ਲਾਤਾ ਔਰ ਡੀਜੀਪੀ ਦਲਤੋਲ ਆਇਆ ਜਿਨੇ ਦੋ ਸਿੱਖ ਜਿਹੜੇ ਬਰਗਾੜੀ ਕੇਸ ਦੇ ਵਿੱਚ ਬੇਅਦਬੀ ਹੋਈ ਸੀਗੀ ਉਸ ਬੇਅਦਬੀ ਦੇ ਦੋਸ਼ੀਆਂ ਚ ਦੋ ਸਿੱਖ ਫੜੇ ਸੀ ਅੰਮ੍ਰਿਤਧਾਰੀ ਔਰ ਦੋਹਾਂ ਦੇ ਨਾਲ ਖੂਬ ਟਰਟਚਰ ਹੋਇਆ ਮੈਨੂੰ ਵੀ ਇਹ ਗੱਲ ਕੱਲ ਹੀ ਪਤਾ ਲੱਗੀ ਕਿ ਉਹ ਇਸੇ ਡੀਜੀਪੀ ਨੇ ਟਰਟਚਰ ਕੀਤਾ ਸੀ ਪਹਿਲਾਂ ਮੈਂ ਸੋਚਦਾ ਸੀ ਵੀ ਚਲੋ ਇਹ ਕਾਂਗਰਸ ਨੇ ਕੰਮ ਇੱਕ ਤਾਂ ਠੀਕ ਕੀਤਾ ਵੀ ਡੀਜੀਪੀ ਵੀ ਦਲਤਲਾਤਾ ਔਰ ਜਦੋਂ ਹਟਾਇਆ ਮੈਂ ਉਹਦੇ ਹੱਕ ਚ ਬਿਆਨ ਵੀ ਦਿੱਤਾ لیکن کل ਮੈਨੂੰ ਕੋ ਸਿੱਖ ਜੱਤੇ ਵੱਧੀਆਂ ਮਿਲੀਆਂ ਕਹਿੰਦੀ ਆ ਪ੍ਰਧਾਨ ਜੀ ਬਈ ਇਹ ਮਾਮਲਾ ਇਦਾਂ ਨਹੀਂ ਸੀਗਾ ਵੀ ਤੁਸੀਂ ਉਹ بیان ਜਿਹੜਾ ਆ ਇਹ ਆ ਜਿਹੜਾ ਮਾਮਲਾ ਆ ਇਹਨਾਂ ਤੇ ਦੋ ਨਜਾਇਜ਼ ਉਹਨਾਂ ਨੂੰ ਕੋਰਟ ਨੇ ਬਰੀ ਕੀਤਾ ਦੋ ਅਮਰਤਾੜੀ ਸਿੱਖਾਂ ਨੂੰ ਅੱਜ ਉਹ ਫਿਜ਼ੀਕਲੀ ਬੜੇ ਪਰੇਸ਼ਾਨ ਹੈ ਤਾਂ ਮੈਂ ਬੜਾ ਇਸ ਗੱਲ ਤੋਂ ਬੜਾ ਦੁੱਖ ਚ ਆਇਆ ਕਿ ਇਹਦਾ ਮਤਲਬ ਹੈ ਰਾਤ ਨੂੰ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਉਹਦੀ ਸਾਜਸ਼ ਲੱਭੀ ਕਿਆ ਸੀ ਕਾਂਗਰਸ ਦੀ ਦੂਜੀ ਸਾਜਸ਼ ਸੀ ਪੰਜਾਬ ਚ ਦਲਿਤ ਔਰ ਸਿੱਖ ਦਾ ਝਗੜਾ ਕਰਾਇਆ ਜਾਵੇ ਸਿੱਖਾਂ ਤੋਂ ਇਹ ਕਿਉਂਕਿ ਸ਼੍ਰੋਮਣੀ ਕਾਲੀ ਦਲ ਔਰ ਬਸਪਾ ਦਾ ਗੱਠਜੋੜ ਇੱਕ ਪਹਿਲੀ ਪਹਿਲੀ ਅਪੀਅਰੈਂਸ ਕਹਾ ਦਿੰਦਾ ਆ ਕਿ ਦਲਤੌਰ ਸਿੱਖਾਂ ਦਾ ਘਟ ਜੋੜਾ ਗੱਲ ਨਹੀਂ ਜੇ ਡੀਜੀਪੀ ਦੀ ਗੱਲ ਕਰਦੇ ਆ ਪਿੱਛੇ ਚਟੋਬਾਧਿਆ ਸਾਹਿਬ ਲੱਗੇ ਸੀਗੇ ਚਟੋਬਾਧਿਆ ਸਾਹਿਬ ਨੇ ਆਉਂਦੇ ਸਾਰ ਮਜੀਠੀਆ ਸਾਹਿਬ ਤੇ ਪਰਚਾ ਦੇ ਦਿੱਤਾ ਮੁੜ ਕੇ ਹੁਣ ਮਜੀਠੀਆ ਸਾਹਿਬ ਦੀ ਬੇਲ ਹੋਈ ਆ ਗਊਜਮਾਨਤ ਹੋਈ ਆ ਅੱਜ ਉਹਨਾਂ ਨੇ ਸਿੱਟ ਵੀ ਜੁਆਇਨ ਕੀਤੀ ਸੀ ਕਿਵੇਂ ਲੱਗਦਾ ਪਹਿਲਾਂ ਕੇਜਰੀਵਾਲ ਸਾਹਿਬ ਨੇ ਵੀ ਬਹੁਤ ਚੱਕੇ ਸੀਗੇ ਇਹਨਾਂ ਦੀ ਗੱਲਾਂ ਵੀ ਐਨਡੀਪੀਐਸ ਦਾ ਪਰਚਾ ਹੈ ਵਿਕਰ ਮਜੀਠੀਆ ਡਰੱਗ ਮਾਮਲੇ ਨਾਲ ਜੁੜਿਆ ਹੋਇਆ ਆ ਕਿਵੇਂ ਲੱਗਦਾ ਵੀ ਹੁਣ ਪੰਜਾਬ ਦੀ ਸਿਆਸਤ ਦਾ ਕੀ ਬਣੂਗਾ ਵੀ ਇਹ ਜਿਹੜਾ ਡਰੱਗ ਮਾਮਲੇ ਦਾ ਵਿਕਰ ਮਜੀਠੀਆ ਤੇ ਪਰਚਾ ਹੋਇਆ ਆ ਇਹਦਾ ਕੋਈ ਬੈਨੀਫਿਟ ਮਤਲਬ ਕੋਈ ਹ ਦੇਖੋ ਜਿਹੜਾ ਪਹਿਲੀ ਗੱਲ ਤਾਂ ਇਹ ਤਾਂ ਜਿਹੜਾ ਹੁਣ ਦੇਖੋ ਦਲਤ ਚਿਹਰਾ ਸੀਐਮ ਬਣਾਇਆ ਮਹਾ ਇੰਟੈਕਚੁਅਲ ਪੱਧਰ ਤੋਂ ਬਿਲਕੁਲ ਮਤਲਬ ਉਹਦਾ ਕੋਈ ਲੈਵਲ ਨਹੀਂ ਸੀਗਾ 100 ਦਿਨਾਂ ਚ 4 ਡੀਜੀਪੀ ਬਦਲਤੇ ਔਰ ਜਿਹੜਾ ਡੀਜੀਪੀ ਲਾਉਂਦੇ ਸੀ ਉਹਨੂੰ ਕਹਿੰਦੇ ਸੀ ਮਜੀਠੀਆ ਨੂੰ ਚੁੱਕ ਲੈਗਾ ਮਜੀਠੀਆ ਨੂੰ ਚੁੱਕ ਲੈਗਾ ਤੇ ਚੱਟੋ ਪਧਾਏ ਕਹਿੰਦਾ ਉਹਦਾ ਤਾਂ ਮੈਂ ਕਦੇ ਡੀਜੀਪੀ ਬਣਨਾ ਨਹੀਂ ਹਾਂਜੀ ਮੈਂ ਚੁੱਕ ਲਊਗਾ ਉਹ ਚੁੱਕ ਲਿਆ ਜਦੋਂ ਚੁੱਕ ਲਿਆ ਤਾਂ ਕੋਈ ਕਾਜੀ ਕਾਰਵਾਈ ਕੋਈ ਕੁਛ ਕਰ ਲਓ ਕੋਈ ਕੁਛ ਕਰ ਲਓ ਤੇ ਤੁਹਾਡੇ ਕੋਲ ਤੁਸੀਂ ਪਹਿਲਾਂ ਦੇਖੋ ਤਾਂ ਸਹੀ ਜਦੋਂ ਬਾਕੀਆਂ ਨੇ ਨਹੀਂ ਚੁੱਕਿਆ ਤੁਸੀਂ ਕਿਉਂ ਚੁੱਕ ਰਹੇ ਹੋ ਔਰ ਜਦੋਂ ਕੇਜਰੀਵਾਲ ਵਰਗਾ ਆ ਆਦਮੀ ਉਹਦੇ ਕੋਲੋਂ ਮਾਫੀ ਮੰਗ ਗਿਆ ਉਹ ਵੀ ਤਾਂ ਕਾਰਨ ਪਰਚੋਲ ਕਰ ਲੈਣਾ ਚਾਹੀਦਾ ਤਾਂ ਇਸ ਕਰਕੇ ਇਹ ਜਿਹੜਾ ਸਾਰਾ ਸਿਆਸੀ ਸੰਕੜਵਾਜੀ ਸੀਗੀ ਸਿਆਸੀ ਜਿਹੜੀ ਰੰਜਿਸ਼ਾ ਸੀਗੀਆਂ ਉਹਦੇ ਤਹਿਤ ਮਜੀਠੀਆ ਸਾਹਿਬ ਨੂੰ ਜਿਹੜਾ ਇਹਨਾਂ ਨੇ ਉਹਦਾ ਸਾਰਾ ਫਸਾਇਆ ਔਰ ਫਸਾ ਕੇ ਇਹਨਾਂ ਨੇ ਔਰ ਨਲੈਕੀ ਦੇ ਨਾਲ ਜਿਹੜਾ ਹੈਗਾ ਉਹ ਮੁਜ਼ਹਿਰਾ ਹੋਇਆ ਹੈ ਇਹਨਾਂ ਦੇ ਦਾ ਇਹਨਾਂ ਤੇ ਥੂ ਥੂ ਕਾਲਾ ੱੱਬ ਆ ਤੇ ਗੜੀ ਸਾਹਿਬ ਹੁਣ ਕਿਵੇਂ ਲੱਗਦਾ ਆਖਰੀ ਸਵਾਲ ਪੰਜਾਬ ਦੀ ਸਿਆਸਤ ਦਾ ਕੀ ਬਣੂਗਾ ਇਲੈਕਸ਼ਨ ਬਹੁਤ ਨੇੜੇ ਨੇ ਚੋਣ ਜਾਬਤਾ ਲੱਗ ਚੁੱਕਿਆ ਆ ਕੀ ਲੱਗਦਾ ਵੀ ਹੁਣ ਤੁਹਾਡਾ ਗੱਠਜੋੜ ਹੋ ਗਿਆ ਝਾੜੂ ਵਾਲੇ ਕਹਿੰਦੇ ਅਸੀਂ ਝਾੜੂ ਫੇਰ ਦੇਣਾ ਮਤਲਬ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਆਊਗੀ ਕਾਂਗਰਸ ਕਹਿੰਦੀ ਕਾਂਗਰਸ ਦਾ ਵੀ ਕਹਿੰਦੇ ਵੀ ਮੁੱਖ ਮੰਤਰੀ ਬਾਅਦ ਚੱਲਾਨੇ ਜਾਊਗਾ ਚੋਣਾਂ ਤੋਂ ਬਾਅਦ ਦੇਖੋ ਜਿਹੜਾ ਮਾਨਯੋਗ ਕੇਜਰੀਵਾਲ ਸਾਹਿਬ ਹੈ ਆਮ ਆਦਮੀ ਪਾਰਟੀ ਆ ਮੈਂ ਤਾਂ ਫੇਰ ਕਹਿਣਾ ਇਹ ਤਾਂ ਵਿਚਾਰੀ ਤਰਸਯੋਗ ਪਾਰਟੀ ਆ ਤਰਸਯੋਗ ਪਾਰਟੀ ਮੈਂ ਤਾਂ ਪੰਜਾਬੀਆਂ ਨੂੰ ਇੱਕੋ ਹੀ ਸਵਾਲ ਪੁੱਛਦਾ ਵੀ ਜਿਹੜਾ 2017 ਚ ਕਰੰਟ ਸੀ ਕਿ ਆ ਅੱਜ ਲੋਕਾਂ ਚੋਂ ਕਰੰਟ ਨਜ਼ਰ ਆਉਂਦਾ ਨੰਬਰ 1 ਸਵਾਲ ਉੱਤਰ ਆਊਗਾ ਨਹੀਂ ਫੇਰ ਇਹਨੂੰ ਪੁੱਛੋ ਵੀ ਜਿਹੜਾ ਉਸ ਵੇਲੇ ਪੂਰਾ ਧੰਦੂਕਾਰਾ ਨਜ਼ਰ ਆਉਂਦਾ ਸੀਗਾ ਵੀ ਯਾਰ ਰੈਲੀ ਯਾਰ ਰੈਲੀ ਇੱਥੇ ਲੋਕ ਹੋ ਗਏ ਇੱਥੇ ਹੋ ਗਏ ਆ ਝਾੜੂ ਚੱਕੀ ਘੁੰਮਦੇ ਆ ਲੋਕ ਚਿੱਟੇ ਝੰਗੇ ਝੰਡੇ ਚੱਕੀ ਘੁੰਮਦੇ ਆ ਲੋਕ ਟੋਪੀਆਂ ਪਾ ਕੇ ਘੁੰਮਦੇ ਆ ਲੋਕ ਕੋਈ ਨਜ਼ਰ ਆਉਂਦਾ ਉੱਤਰ ਆਉਦਾ ਨਹੀਂ ਇਹਦਾ ਮਤਲਬ ਧਰਤੀ ਦੇ ਵਿੱਚੇ ਵਿੱਚ ਕਿੰਨੇ ਪਾ ਲੈਣਗੇ 2-2 4-4000 ਵੋਟਾਂ ਖਰਾਬ ਕਰ ਲੈਣਗੇ ਲੋਕੀ 2019 ਦੇ ਵਿੱਚ ਇਹਨਾਂ ਦਾ ਰਿਕਾਰਡ ਸੰਬਲੀ ਵਾਲਾ ਜਿਹੜਾ ਆ ਹਰ ਸੰਬਲੀ 'ਚੋਂ 2-2 3-3000 ਤੋਂ ਵੱਧ ਵੋਟ ਨਹੀਂ ਪਈ ਹਰ ਸੰਬਲੀ ਤੇ ਤੇ ਕਾਂਗਰਸ ਦਾ ਕੀ ਬਣੂਗਾ ਦੇਖੋ ਜਿਹੜਾ ਕਾਂਗਰਸ ਹੈ ਕਾਂਗਰਸ ਦੇ ਤਾਂ ਹੁਣ ਕਿਉਂਕਿ ਸਿੱਧੂ ਸਾਹਿਬ ਬੜੇ ਲਾਇਕ ਪ੍ਰਧਾਨ ਮਿਲੇ ਆ ਪਹਿਲਾ ਪ੍ਰਧਾਨ ਸੀਗਾ ਸੁਨੀਲ ਜਾਖੜ ਬਹੁਤ ਨਲਾਇਕ ਸੀਗਾ ਕਿਉਂ ਨਲਾਇਕ ਸੀਗਾ ਕਿ ਕਾਂਗਰਸ ਦੇ ਦੋ ਢੜੇ ਸੀਗੇ ਇੱਕ ਕੈਪਟਨ ਦਾ ਇੱਕ ਜੱਕ ਇੱਕ ਸਿੱਧੂ ਦਾ ਲੇਕ ਪ੍ਰਧਾਨ ਮਿਲੇ ਆ ਔਰ ਵਾਅਦਾ ਕੀਤਾ ਆ ਅੱਜ ਪੰਜ ਧੜੇ ਆ ਅੱਜ ਚੰਨੀ ਦਾ ਵੀ ਧੜਾ ਕੈਪਟਨ ਧੜਾ ਆਪਣਾ ਲੈ ਕੇ ਭਾਜਪੀ ਵੱਲ ਨੂੰ ਹੋਏ ਆ ਔਰ ਜਾਖੜ ਦਾ ਵੀ ਧੜਾ ਬਾਜਵੇ ਦਾ ਵੀ ਧੜਾ ਰਵਨੀਤ ਬਿੱਟੂ ਦਾ ਵੀ ਧੜਾ ਅੱਜ ਜਿਹੜਾ ਕਾਂਗਰਸੀ ਲੀਡਰ ਖੜਾ ਉਹਦਾ ਹੀ ਧੜਾ ਤਾਂ ਇਸ ਕਰਕੇ ਕਾਂਗਰਸ ਜਿਹੜਾ ਆ ਇਹ ਅੱਜ ਧੜੀਆਂ ਰਹਿ ਗਈਆਂ ਆ ਧੜੀਆਂ ਅੱਜ ਜੇ ਪੂਰਾ ਮਜਬੂਤ ਕੋਈ ਧੜਾਇਆ ਪੰਜਾਬ ਦੇ ਵਿੱਚ ਰਾਜਨੀਤੀ ਦਾ ਉਹ बसपा ਸ਼੍ਰੋਮਣੀ ਅਕਾਲੀ ਦਲ ਹੈ ਕਾਂਗਰਸ ਦੀਆਂ ਧੜੀਆਂ बसपा ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕਣਗੀਆਂ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਜਸਵੀਰ ਸਿੰਘ ਗੜੀ ਜੀ ਬੀਐਸਪੀ ਦੇ ਜੋ ਕਿ ਪੰਜਾਬ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਕਾਲੀ ਦਲ ਦਾ ਜੋ ਕਿ बसपा ਦੇ ਨਾਲ ਗੜਜੋੜ ਹੋਇਆ ਤੇ ਵਧੀਆ ਜਿਹੜੇ ਕਿ ਨਤੀਜੇ ਦੇਖਣ ਨੂੰ ਮਿਲਣਗੇ ਤੇ ਤੁਸੀਂ ਸੁਣਿਆ ਹੀ ਆ ਕਿਵੇਂ ਵੀ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਇਹਨਾਂ ਨੇ ਐਨਾਲਿਸਿਸ ਕੀਤਾ ਉਹ ਵੀ ਸਾਡੇ ਤੱਕ ਇਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਹੈ ਕੈਮਰਾਮੈਨ ਰਵੀ ਦੇ ਨਾਲ ਹਰਜੀਤ ਮਠਾੜੂ ਡੀ5 ਚੈਨਲ ਪੰਜਾਬੀ ਚੰਡੀਗੜ੍ਹ ਡੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ